ਇਤਾਨ ਰਜੀਮ ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਸਫਿਆਨ ਜੈੱਡ ਟੀ ਵੀ ਤੋਂ ਸਫਿਆਨ ਮਿਹਰਬਾਨ। ਉਮੀਦ ਕਰਦੇ ਹਾਂ ਮਾੜੇ ਯੂਟਿਊਬ ਨੇ ਭੈਣ ਭਰਾ ਠੀਕ ਠਾਕ ਹੋ ਸੋ, ਖੈਰੋ ਖਰੀਏ ਨਾਲ ਹੋ ਸੋ, ਅਤੇ ਅੱਲਾਹ ਤਾਲਾ ਨੇ ਹਿਫਜ਼ ਇਮਾਨੀ ਚੋ ਸੋ। ਅਤੇ ਜਿਹੜੇ ਜਿਹੜੇ ਮੁਲਕਾਂ ਤੱਕਣੇ, ਸਪੈਸ਼ਲੀ UK 'ਚੋਂ ਔਰ ਜਿਹੜੀ ਜਿਹੜੀ ਕੰਟਰੀ ਤੱਕਣੇ, ਅਸਾਂ ਸਾਰਿਆਂ ਭੈਣਾਂ ਭਰਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਸਪੈਸ਼ਲੀ ਤੁਸੀਂ ਆਪਣਾ ਕੀਮਤੀ ਟਾਈਮ ਕੱਢੀ ਸਾਡੇ ਬਲਾਗ ਤੱਕਣੇ, ਔਰ ਅਸੀਂ ਕੀਮਤੀ ਟਾਈਮ ਦੇਣੇ ਹਾਂ। ਇਸ ਵੇਲੇ ਅਸਾਂ ਨਾਜ਼ਰੀਨ ਮੌਜੂਦ ਹਾਂ ਆਪਣੇ ਘਰ। ਅਤੇ ਅੱਜ ਅਸਾਂ ਤੁਸੀਂ ਕੋਈ ਜਿਸਾ ਕਿ ਪਿਛਲੇ ਸਰਦੀਆਂ 'ਚ ਇੱਕ ਵਲਾਗ ਦੱਸਿਆ ਸੀ ਆਪਣੇ ਬਾਗ ਰਹਿਣ ਵਾਲੇ ਨਾਲ, ਅਤੇ ਅੱਜ ਫਿਰ ਅਸਾਂ ਉਰਲੇ ਘਰ ਆਪਣੇ ਮੌਜੂਦ ਹਾਂ। ਅਤੇ ਤੁਸੀਂ ਬਾਗ ਵਾਲੀ ਵੀਡੀਓ ਦੱਸਾਂ ਜਿਸ ਵਿੱਚ ਅਸਾਂ ਛੋਟਾ ਜਿਹਾ ਘਰ ਬਾਗ ਵੀ ਲਾਇਆ, ਔਰ ਉਸ ਨਾਲ ਦਰਖਤ, ਫਲਦਾਰ ਬੂਟੇ, ਔਰ ਥੋੜ੍ਹੇ ਸਬਜ਼ੀ ਦੇ ਦਰਖਤ ਲਾਏ ਹੋਏ ਨੇ, ਉਹ ਵੀ ਦੱਸਾਂ। ਅਤੇ ਮਾਸ਼ਾਅੱਲਾ ਮਾਸ਼ਾਅੱਲਾ ਘਰ ਰਹਿਣੇ ਜਨਾਬ, ਅੰਜੀਰ ਸਾਡੇ ਤਿਆਰ ਹੋਈ ਗਏ, ਜਿਸਾ ਕਿ ਪਿਛਲੇ ਸਾਲ ਵੀ ਤੁਸੀਂ ਵਲਾਗ ਵੀ ਦੱਸਿਆ ਸੀ ਕਿ ਅੰਜੀਰ ਲੱਗੇ ਸਨ। ਅਤੇ ਜਿਹਨੂੰ ਵੀ ਅੰਜੀਰ ਲੱਗੇ ਨੇ, ਲੇਕਿਨ ਉਸ ਸਾਲੇ ਨਹੀਂ ਲੱਗੇ, ਲੇਕਿਨ ਲੱਗੇ ਬਹੁਣ ਮਾਸ਼ਾਅੱਲਾ ਅੰਜੀਰ ਬਹੁਣ ਲੱਗੇ ਨੇ, ਔਰ ਨੁਕਸਾਨ ਵੀ ਬਹੁਤ ਜ਼ਿਆਦਾ ਹੋਏ। ਲੱਗੇ ਤਾਂ ਬਹੁਤ ਜ਼ਿਆਦਾ ਸਨ ਅਗਲੀ ਵਾਰੀ ਨਾਲੋਂ, ਕਿਉਂਕਿ ਇੱਕ ਦਰਖਤ ਹੈ ਉਸ ਨਾਲ ਝੱਖੜ ਪਿਆ, ਜਿਸ ਵਜ੍ਹਾ ਤੋਂ ਫਲ ਨੁਕਸਾਨ ਹੋਇਆ, ਔਰ ਇਸ ਸਾਲ ਸਭ ਤੋਂ ਜ਼ਿਆਦਾ ਜਿਹੜੀ ਫਸਲ ਨੁਕਸਾਨ ਹੋਈ ਹੈ। ਸਾਡੇ ਬਾਗ ਵਿੱਚ 5-6 ਬੂਟੇ ਸਨ ਅੰਬਾਂ ਨੇ, ਔਰ ਉਸਨੇ ਚੁੱਕੂ ਜਾਂ ਬੂਟਿਆਂ ਨਾਲ ਅੰਬ ਰਹੇ ਨੇ ਬਕਾਇਆ, ਸਭ ਢੇਹੀ ਪਏ, ਕਿਉਂਕਿ ਝੱਖੜ ਪੈਣਾ ਰਿਹਾ ਉਸ ਵਜ੍ਹਾ ਤੋਂ, ਉਹ ਜਿਹੜੇ ਅੰਬ ਸਨ ਛੋਟੇ ਛੋਟੇ ਹੀ ਢੇਹੀ ਪਏ। ਅਤੇ ਅੰਬ ਵੀ ਦੱਸਣੇ ਆ ਜਿਹੜੇ ਥੋੜ੍ਹੇ ਮੁੱਚ ਰਹਿਣੇ, ਅਤੇ ਬਕਾਇਆ ਹੁਣ ਅੰਜੀਰ ਲਾਉਣੇ ਅੰਜੀਰ ਹੈ ਨਾਲ, ਉਹ ਤੁਸੀਂ ਦੱਸਣੇ ਆ ਮਾਸ਼ਾਅੱਲਾ ਘਰ ਨਹੀਂ ਦੇਸੀ ਅੰਜੀਰ, ਔਰ ਇਸ ਕੀ ਤੁਸੀਂ ਖੁਸ਼ਕ ਵੀ ਕਰੀ ਤਿਆਰ ਕਰ ਸਕਣਾ, ਸਰਦੀਆਂ 'ਤੇ ਇਸਤੇਮਾਲ ਕਰਨੇ 'ਤੇ ਉਹ ਵੀ ਕਰ ਸਕਣਾ, ਔਰ ਕੱਚੀ ਇਸਤੇਮਾਲ ਕਰੋ, ਉਸ ਨਾਲ ਜ਼ਾਇਕਾ ਵੀ ਮਾਸ਼ਾਅੱਲਾ ਬੜਾ ਬਿਹਤਰੀਨ ਹੈ, ਔਰ ਡਰਾਈ ਫਰੂਟ ਕਰੀ ਵੀ ਤੁਸੀਂ ਅਸੀਂ ਤਿਆਰ ਕਰ ਸਕਣਾ। ਔਰ ਇੱਕ ਕੇਲੇ ਨੂੰ ਬੂਟਾ ਲਿਆ ਸੀ ਪਿਛਲੇ ਸਾਲ ਮਾਸ਼ਾਅੱਲਾ, ਉਸ ਨਾਲ ਇੱਕ ਲੰਗਰ ਲੱਗਾ ਸੀ, ਜਿਹਨੂੰ ਫਿਰ ਇੱਕ ਲੰਗਰ ਲੱਗਾ, ਔਰ ਇੱਕ ਲੰਗਰ 'ਚ ਖੜਾਈ ਵਜ੍ਹਾ ਢੇ ਪਿਆ, ਉਹ ਵੀ ਦੱਸਾਂ ਮਾਸ਼ਾਅੱਲਾ ਬੜਾ ਬਿਹਤਰੀਨ ਕਾਰਨ ਕੇਲਾ ਲੱਗਾ ਸੀ। ਅਤੇ ਉਹ ਵੀ ਚੈੱਕ ਕਰਾਉਣੇ ਆ ਤੁਸੀਂ ਜਨਾਬ, ਅਤੇ ਵਲਾਗ ਨਾਲ ਬਣਦੇ ਰਹੇ ਨਾਲੋਂ ਨਾਲ ਜੀ। ਨਾਲ ਬਾੜੀ ਹੈ ਇੱਥੇ ਫਸਲ ਲਾਉਣੇ ਆ, ਅਤੇ ਇਹ ਜਨਾਬ ਅਸਾਂ ਅੰਜੀਰਾਂ ਨੇ ਬੂਟੇ ਕੋਲ ਲਾਈ ਗਿਆ ਮਾਸ਼ਾਅੱਲਾ, ਇਹ ਚੈੱਕ ਕਰ ਸਕਣੇ ਤਿਆਰ ਹੋਈਆਂ ਅੰਜੀਰਾਂ ਮਾਸ਼ਾਅੱਲਾ, ਕਿਤਨੀਆਂ ਪਿਆਰੀਆਂ, ਔਰ ਇਹ ਕੱਚੀਆਂ ਅੰਜੀਰਾਂ ਕੁਛ, ਅਤੇ ਪੱਕੀਆਂ ਅੰਜੀਰਾਂ ਮੈਂ ਤੁਸੀਂ ਚੈੱਕ ਕਰਾਉਣਾ ਵਿੱਚ, ਕਿਉਂਕਿ ਪੱਤਰ ਦਿਸੀ ਨਹੀਂ ਰਹੀਆਂ। ਇਹ ਜਿਹੜੀ ਬਲੈਕ ਕਲਰ ਹੀ ਚਣੇ ਫੁੱਲ ਤਿਆਰ ਹੋਈ ਹੈ ਮਾਸ਼ਾਅੱਲਾ, ਇਹ ਖਾਣੇ ਨੇ ਕਾਬਲ ਹੈ, ਟੋਕਰੀ ਆਉਂਦੀ ਵੀ ਹੈ, ਫਿਰ ਤੁਸੀਂ ਟੋਕਰੀ 'ਚ ਵੀ ਦੱਸਾਂ ਭਰੀ ਹੈ ਮਾਸ਼ਾਅੱਲਾ। ਇਹ ਚੈੱਕ ਕਰੋ ਹੁਣ ਬਾਗ ਹੈ ਨਾਲ ਵਿੱਚ ਲੱਗੀਆਂ, ਉਹ ਵਿੱਚ ਕੈਮਰਾ ਮਾੜਾ ਅਗਰ ਜਾ ਸਕਣਾ ਤਾਂ ਤੁਸੀਂ ਚੈੱਕ ਕਰਾਉਣੇ ਆ ਮਾਸ਼ਾਅੱਲਾ ਕਿਤਨੀਆਂ ਪੱਕੀਆਂ, ਔਰ ਨਾਲ ਇਹ ਫਲ ਪਏ ਆ ਮਾਸ਼ਾਅੱਲਾ, ਇਹ ਅਜੇ ਤਿਆਰ ਹੋ ਸਨ, ਇਹ ਚੈੱਕ ਕਰ ਸਕਣਾ ਕਿਤਨੀ ਤਾਦਾਦ 'ਚ। ਇਹ ਮੂੜੀ ਮੈਂ ਹੁਣ ਲਾਸਾਂ, ਅਤੇ ਲਾਈਕ ਹੈ ਫਿਰ ਇੰਨੇ ਜਨਾਬ ਸੇਵ ਕਰ ਸਾਂ, ਇਹ ਹੁਣ ਮੈਂ ਲਾਉਣਾ ਜਨਾਬ, ਇਹ ਚੈੱਕ ਕਰ ਸਕਣੇ ਹੋ ਮਾਸ਼ਾਅੱਲਾ ਜੀ ਮਾਸ਼ਾਅੱਲਾ, ਔਰ ਬੜੀਆਂ ਬਿਹਤਰੀਨ ਇਹ। ਬੰਦਾ ਅਗਰ ਖਾਇਆ ਇੱਕ ਅੰਜੀਰ ਤਾਂ 40 ਦਿਹਾੜੇ ਜ਼ਬਾਨ ਪਾਕ ਰਹਿਣੀ ਹੈ। ਇਹ ਤਾਂ ਕੋਈ ਛੋਟੀ ਥੱਲੇ ਟਹਿਣੀ ਨਾਲ ਲੱਗੀ ਹੋਈ ਹੈ, ਇਹ ਵੀ ਲਾਈ ਹੈ, ਔਰ ਇਹ ਖਾਣਾ ਸਵਾਹ ਬਣਾ ਕੰਮ ਹੈ, 40 ਦਿਹਾੜੇ ਜ਼ਬਾਨ ਪਾਕ ਰਹਿਣੀ ਹੈ। ਔਰ ਇਹ ਜੰਤੀ ਮੇਵਾ ਹੈ ਅੰਜੀਰ ਹੈ ਜਿਹੜੀ ਮਾਸ਼ਾਅੱਲਾ, ਚੈੱਕ ਕਰ ਸਕਣਾ ਕਿਤਨੀ ਤਾਦਾਦ ਵਿੱਚ ਲੱਗੀ ਆ, ਔਰ ਉੱਪਰ ਲੱਗੀਆਂ ਨੇ, ਔਰ ਇਹ ਹੁਣ 2-3 ਮਹੀਨੇ ਲੱਗਣੀਆਂ ਹੀ ਰਹੇ ਸਨ, ਅਤੇ ਹੁਣ ਜਿਲ੍ਹਾ ਲਾਹੀ ਰਿਹਾ ਉਲਾ ਤੁਸੀਂ ਦੱਸਣੇ ਆ ਮਾਸ਼ਾਅੱਲਾ ਅੰਜੀਰਾਂ ਲਾਹੀਆਂ ਹੁਣ ਥੋੜ੍ਹੀਆਂ, ਉਹ ਤੁਸੀਂ ਦੱਸਣੇ ਆ ਬੈਕ ਕੈਮਰਾ ਆਨ ਕਰਕੇ, ਕਿਉਂਕਿ ਫਰੰਟ ਵਿੱਚ ਨਹੀਂ ਸਹੀ ਦਿਸਣੀ ਆ, ਟੋਕਰੀ ਹੈ ਇਸਨੇ ਲਈਆਂ, ਗਰਮੀ ਬਹੁਤ ਸੀ ਉਸ ਵਜ੍ਹਾ ਤੋਂ ਨੀਚੇ ਨੀਚੇ 40 ਨਾਲ ਜਿਹੜੀਆਂ ਲੈਣੀਆਂ ਸਨ ਉਹ ਲਈਆਂ ਪੱਕੀਆਂ ਮਾਸ਼ਾਅੱਲਾ, ਤੁਸੀਂ ਚੈੱਕ ਵੀ ਕਰਾਉਣੇ ਆ, ਔਰ ਇੱਕ ਚੇਸ ਕਰੀਏ ਵੀ ਤੁਸੀਂ ਚੈੱਕ ਕਰਾਉਣੇ ਕੀ ਹੈ ਜੀ ਇਹ ਮਾਸ਼ਾਅੱਲਾ, ਇਹ ਅੰਜੀਰ ਹੈ ਚੈੱਕ ਕਰੋ ਮਾਸ਼ਾਅੱਲਾ, ਬੜੀ ਬਿਹਤਰੀਨ ਸਵਾਦ ਹੈ, ਕਿਉਂ ਕਰ ਸੋ ਇਤਨਾ ਸਵਾਦ ਹੈ ਕੋਈ ਹਿਸਾਬ ਹੀ ਨਹੀਂ ਮਾਸ਼ਾਅੱਲਾ, ਅੰਜੀਰ ਖਾਓ 40 ਦਿਹਾੜੇ ਜ਼ਬਾਨ ਪਾਕ ਰਹਿਣੀ ਆ, ਔਰ ਘਰ ਨਹੀਂ ਅੰਜੀਰ ਦੇਸੀ ਉਸ ਤਾਂ ਮੈਂ ਆਉਣਾ ਕਿਹਾ ਹੀ ਬਾਤ ਹੈ, ਹੋਰ ਸਵਾਦ ਹੈ, ਅਤੇ ਬੜੇ ਬਿਹਤਰੀਨ ਫਲ ਹੈ ਮਾਸ਼ਾਅੱਲਾ। ਅਤੇ ਤੁਸੀਂ ਇੱਕ ਹੋਰ ਇਸ ਨਾਲ ਗੱਲ ਬਹੁਤ ਕੇ
ਅੰਜੀਰਾਂ ਲਈਆਂ, ਹੁਣ ਤੁਸੀਂ ਨਾਲ ਅੰਬ ਚੈੱਕ ਕਰਾਉਣੇ ਜਿਹੜੇ ਲੱਗੇ ਹੋਏ ਥੋੜ੍ਹੇ ਮੁੱਚ ਬੂਟਿਆਂ ਨਾਲ, ਇੱਕ ਇੱਕ ਦੋ ਦੋ ਲੱਗੇ ਹੋਏ ਉਹ ਚੈੱਕ ਕਰਾਉਣੇ, ਅੰਬ ਨਾਲ ਮਿਰਚਾਂ ਲੱਗੀਆਂ ਘਰ ਉਹ ਚੈੱਕ ਕਰਾਉਣੇ ਆ, ਨਾਲ ਕੇਲਿਆਂ ਦੇ ਦਰਖਤ ਤੁਸੀਂ ਚੈੱਕ ਕਰਾਉਣੇ ਆ, ਤਾਂ ਮਾਸ਼ਾਅੱਲਾ ਬੜੀਆਂ ਬਿਹਤਰੀਨ ਸੁੱਕੀ ਇਹ ਸੁਕਾ ਵੀ ਸਕਣੇ, ਡਰਾਈ ਫਰੂਟ ਵੀ ਬਣਾਈ ਸਕਣੇ। ਮੈਂ ਕੁਝ ਇੱਕ ਬਣਾਈਆਂ ਡਰਾਈ ਫਰੂਟ, ਉਹ ਤੁਸੀਂ ਚੈੱਕ ਕਰਾਉਣੇ ਆ ਜੀਰਾ ਐਂਡ ਪਰ ਚੈੱਕ ਕਰਾਉਣੇ ਆ, ਤਾਂ ਇਹ ਨਜ਼ਰ ਮਾਰੋ ਮਾਸ਼ਾਅੱਲਾ ਟੋਕਰੀ ਲਈਆਂ ਕਿੰਨੀਆਂ ਇੱਕ ਲਈਆਂ, ਟੋਕਰੀ ਭਰੀ ਕਹਿੰਦੀ ਆ ਮੈਂ ਜੀਰਾ ਨੇ, ਇਹ ਹੁਣ ਖਾਸਾਂ ਇਹਨੇ ਫਰਿੱਜ ਵਿੱਚ ਠੜਿਆ ਕਰਸਾਂ, ਔਰ ਬੜੀਆਂ ਆਲਾ ਕੁਆਲਿਟੀ ਦੀਆਂ ਬਲੈਕ ਅੰਜੀਰ ਹੈ, ਕਾਲੀ ਅੰਜੀਰ ਜੂਸ ਕੀ ਆਖਦੇ ਇਹ ਵਾਲੀ ਅੰਜੀਰ ਹੈ, ਚੈੱਕ ਕਰ ਸਕਣਾ ਵੀਡੀਓ ਵਿੱਚ। ਤਾਂ ਤੁਸੀਂ ਅੰਬ ਦੱਸਣੇ ਅੱਗੇ ਜਨਾਬ, ਇਹ ਤੱਕੋ ਮਾਸ਼ਾਅੱਲਾ ਇਹ ਅੰਬ ਜਨਾਬ, ਇਹ ਅੰਬ ਬੱਚੇ ਜਿਹਨੂੰ ਇੱਕ ਸਾਲ ਦਰਖਤ ਨਾਲ, ਤਾਂ ਅੱਲਾ ਨੇ ਕੁਦਰਤ ਤੱਕੋ ਜਿੱਥੇ ਜਿੱਥੇ ਲੱਗੇ ਹੋਏ ਚਾਰ ਚਾਰ ਲੱਗੇ ਹੋਏ, ਚਾਰ ਪੰਜ ਅੰਬ ਇਸ ਬੂਟੇ ਨਾਲ, ਔਰ ਇਸ ਅੰਬ ਬੂਟੇ ਦੀ ਖਾਸੀਅਤ ਇਹ ਹੈ ਕਿ ਇਸ ਤਰ੍ਹਾਂ ਅੰਬ ਜਿਹੜਾ ਹੋਣਾ 2 ਤੋਂ 2.5 ਕਿਲੋ ਲਾਉਣਾ, ਔਰ ਇਹ 8ਵੇਂ ਮਹੀਨੇ ਜੇ ਪੱਕਣਾ ਹੋਵੇ, ਜਿਹੜੇ ਇਸਨੇ ਦਰਖਤਾਂ ਨਾਲ ਅੰਬ ਲੱਗੇ ਹੋਏ ਮਾਸ਼ਾਅੱਲਾ ਲੱਗੇ ਇਸ ਜਗ੍ਹਾ 'ਚ, ਇੱਕ ਦੋ ਉੱਪਰ ਲੱਗੇ ਹੋਏ ਬਕਾਇਆ ਸਭ ਢੇਈ ਪਏ, ਚੈੱਕ ਕਰ ਸਕਦੇ ਮੈਂ ਆਹ ਵਿੱਚ ਜੁੱਲੀ ਦੱਸੀ ਹੋਣਾ ਤੁਸੀਂ, ਮਾਸ਼ਾਅੱਲਾ ਕਿਤਨਾ ਬੜਾ ਦਰਖਤ ਹੈ, ਚੈੱਕ ਕਰ ਸਕਦੇ ਲੰਗੜੇ ਅੰਬਣਾ ਦਰਖਤ ਹੈ। ਅਤੇ ਨਾਲ ਹੈ ਮਾਸ਼ਾਅੱਲਾ ਆਬੂ ਮਿਰਚਾਂ ਲਈਆਂ ਸਨ, ਔਰ ਮਿਰਚਾਂ ਨਾਲ ਵੀ ਖੂਬ ਮਿਰਚਾਂ ਲੱਗੀਆਂ ਛੋਟੀਆਂ ਮਿਰਚਾਂ ਜਿਹੜੀਆਂ, ਅਤੇ ਟਮਾਟਰਾਂ ਨੂੰ ਬੂਟੇ ਨਾਲ, ਖੈਰ ਟਮਾਟਰ ਲਾਈ ਖੜੇ ਨੇ, ਟਮਾਟਰਾਂ ਨੂੰ ਬੂਟੇ ਲੱਗੇ ਔਰ ਕੁਝ ਹੋਰ ਲਾਏ ਨੇ, ਹੁਣ ਟਮਾਟਰਾਂ ਨੇ ਬੂਟੇ ਆ, ਚੈੱਕ ਕਰ ਸਕਦੇ ਮੋਲਿਆਂ ਪਏ। ਨਾਲ ਇਸ ਸਾਲ ਖਰਮਾਣੀ ਨੇ ਦਰਖਤ ਲਾਏ ਸਨ ਜਿਹੜੇ, ਉਹ ਮਾਸ਼ਾਅੱਲਾ ਚੈੱਕ ਕਰ ਸਕਦੇ ਹਰੇ ਭਰੇ, ਤਾਂ ਉੱਧਰ ਮਾਲਟਾ ਹੁਣ ਸ਼ਾਮ ਨੇ ਟਾਈਮ ਇੰਨੇ ਪਾਣੀ ਲਾਸਾਂ, ਸੁਬਹ ਪਾਣੀ ਲਾਇਆ ਸੀ, ਤਾਂ ਕੋਈ ਗਰਮੀ ਕਿਤਨੀ ਹੈ, ਜਗ੍ਹਾ ਸੁੱਕੀ ਗਈ ਹੈ। ਔਰ ਤੁਸੀਂ ਅੱਗੇ ਜੁੱਲੀ ਦੱਸਣੇ ਆ ਮਾਸ਼ਾਅੱਲਾ ਇਹ ਬੂਟੇ ਨਾ ਭਿੰਡੀਆਂ ਨੇ ਲਾਏ, ਉਹਨੇ ਨਾ ਭਿੰਡੀਆਂ ਨੇ ਲੈ ਕੇ ਪੈਣੇ ਪਏ, ਤਾਂ ਕੋ ਬੈਂਗਣ ਨਾਲ ਬੈਂਗਣ ਲੱਗੇ ਹੋਏ ਕਾਰਨ ਹੀ ਸਬਜ਼ੀ ਹੈ, ਇਹਦਾ ਕਹਿੰਦੇ ਬੈਂਗਣ ਮਾਸ਼ਾਅੱਲਾ ਕਿਤਨੇ ਬਿਹਤਰੀਨ ਬੈਂਗਣ ਲੱਗੇ ਹੋਏ ਸਬਜ਼ੀ 'ਚ ਸਾਰਿਆਂ ਦਰਖਤਾਂ ਨਾਲ, ਮਾਸ਼ਾਅੱਲਾ ਚੈੱਕ ਕਰ ਸਕਣਾ ਇਹ ਬੈਂਗਣਾਂ ਨੇ ਬੂਟੇ 11 ਪੂਰਾ। ਅਤੇ ਅੱਗੇ ਇਹ ਮਾਸ਼ਾਅੱਲਾ ਚੈੱਕ ਕਰ ਸਕਦੇ ਹੋ ਕੇਲੇ ਦਾ ਬੂਟਾ, ਕਿਸੇ ਨਾਲ ਕੇਲੇ ਲੱਗੇ ਹੋਏ ਮਾਸ਼ਾਅੱਲਾ ਚੈੱਕ ਕਰ ਸਕਦੇ ਹੋ, ਇਹ ਵੀ ਤਿਆਰ ਹੋ ਸਨ ਔਰ ਲੰਗਰ ਪੂਰਾ ਲੱਗਿਆ ਮਾਸ਼ਾਅੱਲਾ। ਇੱਕ ਦਰਖਤ ਹੈ ਕੇਲੇ ਲਾਇਆ ਸੀ ਸ਼ੋਕੀਆ ਭਾਈ ਸੋਇਬੋਰ, ਅਤੇ ਚੈੱਕ ਕਰੋ ਉਸ ਕੇਲੇ ਲੱਗੀ ਹੈ ਮਾਸ਼ਾਅੱਲਾ, ਪਿਛਲੇ ਸਾਲ ਕੇਲੇ ਖਾਧੇ ਸਨ, ਯਕੀਨ ਕਰੋ ਬੜੇ ਮਿੱਠੇ ਕੇਲੇ ਸਨ। ਤਾਂ ਹੁਣ ਮਾਸ਼ਾਅੱਲਾ ਅੱਗੇ ਜੁੱਲੀ ਤੁਸੀਂ ਚੈੱਕ ਕਰਾਉਣੇ ਹਨ, ਇਸ ਅੰਬ ਹੈ ਕਿ ਜਨਾਬ ਲਾਏ ਹਾਂ ਆਉਂਦਾ ਸੀ ਨਰਸਰੀ 'ਚੋਂ, 1 ਸਾਲ ਹੋਇਆ, ਤਾਂ ਮਾਸ਼ਾਅੱਲਾ ਇਹ ਫਲ ਦੇਣ ਨਹੀਂ ਪਿਆ, ਮੀਰਪੁਰ ਨਰਸਰੀ 'ਚੋਂ ਆਉਂਦਾ ਸੀ, ਇਹ ਵੀ ਲੰਗੜੇ ਅੰਬਣਾ ਬੂਟਾ ਇਸ ਸਾਲ ਲਾਇਆ ਸੀ, ਇਹ ਤੱਕੋ 3-4 ਅੰਬ ਹੈ ਥੱਲੇ ਲੱਗੇ ਹੋਏ, ਇੱਕ ਅੰਬ ਇਹਦਾ ਹੈ ਮਾਸ਼ਾਅੱਲਾ ਉਹ ਉੱਧਰ ਨੀਚੇ ਵੀ ਅੰਬ ਲੱਗੇ ਹੋਏ, ਔਰ ਜ਼ਿਆਦਾਤਰ ਬੂਟੇ ਪਿਆ ਜੇ ਮੁੱਕੜੀਆਂ ਨਹੀਂ ਸ਼ਕਲ ਵਿੱਚ, ਉਹ ਬਹੁਤ ਨੁਕਸਾਨ ਹੋਇਆ ਚੱਕਣ ਦੀ ਵਜ੍ਹਾ ਤੋਂ, ਇਸ ਪੈਸਾ ਵੀ ਉਰੇ ਵੀ ਲੱਗੇ ਹੋਏ ਚੈੱਕ ਕਰੋ ਮਾਸ਼ਾਅੱਲਾ। ਅਤੇ ਉਮੀਦ ਕਰਨੇ ਆ ਜਿਹੜਾ ਵਲੋਗ ਤੁਸੀਂ ਪਸੰਦ ਆਇਆ ਸੀ, ਜਿਹੜੇ ਨਵੇਂ ਬੰਦੇ ਆਏ ਲਾਈਕ ਕਰੋ ਸਬਸਕ੍ਰਾਈਬ ਕਰੋ, ਵੀਡੀਓ ਸ਼ੇਅਰ ਕਰਿਆ, ਤਾਂ ਕੋਈ ਵੱਲ ਹੈਵੀ ਸਾਈਜ਼ ਹੈ ਮਾਸ਼ਾਅੱਲਾ, ਪਿਛਲਾ ਵੀ 1/2 ਕਿਲੋ ਨੂੰ ਸੀ ਜਿਹੜਾ, ਇਹ ਵਿੱਚ ਤੁਸੀਂ ਅੰਬ ਦੱਸਣੇ ਆ ਮਾਸ਼ਾਅੱਲਾ, ਉੱਧਰ ਉੱਪਰ ਵੀ ਲੱਗੇ ਹੋਏ, ਔਰ ਇਸ ਨਾਲ ਪਹਿਲਾ ਫਲ ਹੈ, ਚੈੱਕ ਕਰ ਸਕਦਾ ਤੁਸੀਂ ਬਸ ਕੀ ਹੈ ਜਾ ਇਨਸ਼ਾਅੱਲਾ। ਅਤੇ ਅੱਗੇ ਜੁੱਲੀ ਦੱਸਣੇ ਆ ਤੁਸੀਂ ਡਰਾਈ ਅੰਜੀਰ ਵੀ, ਤਾਂ ਉਮੀਦ ਕਰਨੇ ਆ ਜਿਹਨੂੰ ਵਲੋਗ ਪਸੰਦ ਹੈ ਸੀ, ਤੁਸੀਂ ਵਲੋਗ ਨਾਲ ਬਣਤੇ ਰਹੇ ਨਾਲ ਉਹ ਨਾਲ ਕੀ ਸਕਣੇ ਸੁੱਕੀ ਹੋਈ ਅੰਜੀਰ ਮਾਸ਼ਾਅੱਲਾ, ਘਰ ਆਪੂ ਤਿਆਰ ਕੀਤੀ ਹੈ ਕਿਤਨੀ ਬਿਹਤਰੀਨ ਹੈ, ਔਰ ਇਹ ਸੁੱਕੀ ਹੋਈ ਅੰਜੀਰ ਕੀ ਅਜਿਹੇ ਇੱਕ ਦਿਨ ਰਹਿਣਾ, ਇਸ ਕੀ ਧੁੱਪੇ ਤੂੰ ਮੈਂ ਅੰਦਰ ਤਾਂ ਤੂੰ ਚਾਹੀ ਜਾਂਦੀ ਸੀ ਕਿ ਗਰਮੀ ਸੀ, ਤਾਂ ਮੈਂ ਚੈੱਕ ਕਰਾਂ ਤੁਸੀਂ ਇਹ ਚੈੱਕ ਕਰ ਸਕਣਾ ਮਾਸ਼ਾਅੱਲਾ ਤਿਆਰ ਹੈ ਖਾਣੇ ਨੇ ਕਾਬਲ ਹੈ, ਔਰ ਇਹ ਸੁੱਕੀ ਗਈ ਹੈ ਹੁਣ ਇਹ ਖਾਣੇ ਨੂੰ ਕਾਬਲ ਹੈ, ਇੱਕ ਦਿਨ ਸਿਰਫ ਹੋਰ ਲੱਗ ਸੀ ਸੋਰੇ ਫਿਰ ਫੁੱਲ ਤਿਆਰ ਹੋ ਗਿਆ ਸੀ, ਔਰ ਸਰਦੀਆਂ 'ਚ ਵੀ ਅਸਾਂ
इसकी इस्तेमाल करी सकने आं। एह् काली अंजीर ऐ जनाब, बजारों ही तुसें लब्भनी ऐ जेह्ड़ी 2500 रपेआ किलो। और अल्हम्दुलिल्लाह इस बार ते घट्ट लग्गी ऐ साढ़े घर, लेकिन 20 तो 25 किलो अंजीर जेह्ड़ी ऐ पहली बार लग्गनी ऐ, 20 तो 25 किलो दूसरी बार लग्गनी ऐ दरख्त में। ते एह् जेह्ड़ी ऐ तुसें अग्गें भी चैक कराई ऐ, माशाल्लाह पक्की बी अंजीर ऐ कच्ची, इसे कि ड्राई करने ते फिर पकाने, चैक करी सकना माशाल्लाह। ब्लाग बिच उम्मीद करने आज ना ब्लाग पसंद आया सी, अपने पड़ोस फ्रेंड मेहरबान की इजाजत दियो, इंशाल्लाह एक नवे ब्लाग में मिल सकता। खुदा हाफिज़।